श्री आनंदपुर साहब दे होला महला जिहड़ा 5-6 4-5-6 नूं कीर्तपुर साहब ते 7-8-9 जिहड़ा मार्च नूं श्री आनंदपुर साहब दी पावन धरती ते धन धन साहिब श्री गुरु गोबिंद सिंह जी वल्लों जो 1701 दे विच पहला होला महला मनाउणा कीता सी उही होला महला जिहड़ा 7-8-9 मार्च 2023 नूं जिहड़ा आ रिहा ਉਹਦੀਆਂ ਤਿਆਰੀਆਂ ਵਾਸਤੇ ਅੱਜ ਜਿਹੜਾ ਸਟੇਡੀਅਮ ਦੇ ਵਿੱਚ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਘੋੜ ਦੌੜ ਅਤੇ ਗੱਤਕੇ ਦੇ ਜੌਹਰ ਦਿਖਾਏ ਜਾਂਦੇ ਨੇ ਉਹਦਾ ਦੇਖ ਰੇਖ ਵਾਸਤੇ ਅੱਜ ਇੱਥੇ ਮੈਂ ਪਹੁੰਚਿਆ ਅਤੇ ਨਾਲ ਹੀ ਜਿੱਥੇ ਛਾਉਣੀਆਂ ਦੇ ਵਿੱਚ ਸਾਰੀਆਂ ਹੀ ਤਿਆਰੀਆਂ ਵਾਸਤੇ ਜਿਹੜਾ ਸਾਰੀ ਉਹ ਪਹੁੰਚਿਆ ਮੈਂ ਆਪਣੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਅਤੇ ਨਾਲ ਹੀ ਮੈਂ ਇਹ ਵੀ ਜਿਹੜਾ ਸਾਡਾ ਬੁੱਢਾ ਦਲ ਦੇ ਜਿਹੜੇ ਨੇ 6ਵੇਂ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 6ਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦਾ ਆਉਣ ਵਾਲੀ ਆ 26 ਫਰਵਰੀ ਨੂੰ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਕੇਸਗੜ੍ਹ ਸਾਹਿਬ ਵਿਖੇ 24 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਤੇ 26 ਤਰੀਕ ਨੂੰ ਜਿਹੜਾ 26 ਫਰਵਰੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ 1 ਵਜੇ ਤੱਕ ਜਿਹੜੇ ਗੁਰਮਤਿ ਸਮਾਗਮ ਹੋਣਗੇ ਮੈਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਸਮੁੱਚੀਆਂ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰੇ ਤਖਤਾਂ 'ਤੇ ਜਿਹੜੇ ਪ੍ਰੋਗਰਾਮ ਕਰਵਾਏ ਗਏ ਨੇ ਜਿਵੇਂ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਨਾਂਦੇੜ ਸਾਹਿਬ ਵੀ ਕਰਵਾਏ ਗਏ ਹੁਣ ਪਟਨਾ ਸਾਹਿਬ ਵੀ ਆਪਣੇ ਜਿਹੜੇ ਪ੍ਰੋਗਰਾਮ ਕਰਵਾਏ ਗਏ ਨੇ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਸ਼ਹੀਦੀ ਪ੍ਰੋਗਰਾਮਾਂ ਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭਤਾ ਹੋਈ ਸੀ ਅਤੇ ਹੁਣ ਜਿਹੜੇ ਪ੍ਰੋਗਰਾਮ ਨੇ 26 ਫਰਵਰੀ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣੇ ਨੇ ਅਤੇ ਇਹਨਾਂ ਤੋਂ ਬਾਅਦ ਜਿਹੜੇ 12, 13 ਅਤੇ 14 ਮਾਰਚ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਅਤੇ ਨਾਲ ਹੀ ਜਿਹੜਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿਹੜੇ ਨੇ ਇਹ ਸਾਰੇ ਪ੍ਰੋਗਰਾਮ 14 ਮਾਰਚ 2023 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਸਵੇਰੇ 14 ਤਰੀਕ ਨੂੰ ਅਤੇ ਸਾਰਾ ਦਿਨ ਜਿਹੜੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡੇ ਸ਼ਹੀਦੀ ਪ੍ਰੋਗਰਾਮ ਹੋਣਗੇ ਇਹਦੇ ਨਾਲ ਹੀ 12 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼ਹੀਦੀ ਫਤਿਹ ਮਾਰਚ ਆਰੰਭ ਹੋਵੇਗਾ ਜਿਹਦੇ ਵਿੱਚ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਉੱਥੇ ਹੀ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਰੇ ਤਖਤਾਂ ਦੇ ਸਿੰਘ ਸਾਹਿਬਾਨ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸਾਰੇ ਆਪਣੇ ਉੱਥੇ ਹੀ ਜਿਹੜੇ ਹੋਰ ਵੀ ਸਮੁੱਚੇ ਖਾਲਸਾ ਪੰਥ ਦੇ ਸੰਤ ਮਹਾਂਪੁਰਖ ਉੱਥੇ ਪਹੁੰਚਣਗੇ ਸੋ ਮੈਂ ਬੇਨਤੀ ਕਰਦਾ ਜਿਵੇਂ ਆਪਾਂ 7 ਅਤੇ 8-9 ਤਰੀਕ ਨੂੰ ਹੋਲਾ ਮਹੱਲਾ ਜਿਹੜਾ ਆ ਰਿਹਾ ਇਹਦੇ ਵਿੱਚ ਵੀ ਹੁੰਮ ਹੁਮਾ ਕੇ ਆਪਾਂ ਸਾਰਿਆਂ ਨੇ ਜਿੱਥੇ ਦਰਸ਼ਨ ਦਿਦਾਰੇ ਕਰਨੇ ਨੇ ਅਤੇ ਮੈਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਬੇਨਤੀ ਕਰਦਾ ਪਹਿਲਾਂ ਵੀ ਕਾਫੀ ਹਿੰਮਤ ਕਰਕੇ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜਾ ਇਹ ਸਟੇਡੀਅਮ ਹੈ ਸਰਕਾਰਾਂ ਤੋਂ ਬਣਵਾਇਆ ਅਤੇ ਹੁਣ ਜਿਹੜੀ ਇਹ ਆਪ ਸਰਕਾਰ ਹੈ ਇਹਨੂੰ ਵੀ ਬੇਨਤੀ ਕਰਦੇ ਹਾਂ ਜਿਹੜੀ ਇਹ ਸਾਹਮਣੇ ਵਾਲੇ ਪਾਸੇ ਜਗ੍ਹਾ ਹੈ ਕਿਉਂਕਿ ਜਦੋਂ ਹੋਲਾ ਮਹੱਲਾ ਇੱਥੇ ਨਿਹੰਗ ਸਿੰਘ ਗੁਰੂ ਦੀਆਂ ਲਾੜਲੀਆਂ ਫੌਜਾਂ ਘੋੜਸਵਾਰੀ ਦੇ ਜੌਹਰ ਦਿਖਾਉਂਦੇ ਨੇ ਅਤੇ ਗੱਤਕੇ ਦੇ ਜੌਹਰ ਉਦੋਂ ਜਿਹੜਾ ਇੱਥੇ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਅਤੇ ਸਾਹਮਣੇ ਵਾਲੇ ਜਿਵੇਂ ਇੱਧਰ ਪੌੜ ਬਣੇ ਨੇ ਅਤੇ ਸਾਹਮਣੇ ਵਾਲੇ ਪਾਸੇ ਵੀ ਜਿਹੜੇ ਪੌੜ ਬਣਾਏ ਜਾਣੇ ਚਾਹੀਦੇ ਨੇ ਜਿਵੇਂ ਹੁਣ ਤੁਸੀਂ ਦੇਖਦੇ ਹੋ ਭਾਵੇਂ ਨਿਹੰਗ ਸਿੰਘਾਂ ਵਾਸਤੇ ਜਿਹੜਾ ਸਟੇਡੀਅਮ ਘੋੜਸਵਾਰਾਂ ਵਾਸਤੇ ਬਣਾਇਆ ਗਿਆ ਪਰ ਹੁਣ ਸਾਡੇ ਇੱਥੋਂ ਦੇ ਜਿਹੜੇ ਇਲਾਕੇ ਦੇ ਆਨੰਦਪੁਰ ਸਾਹਿਬ ਦੇ ਨੌਜਵਾਨ ਬੱਚੇ ਨੇ ਵਧੀਆ ਦੇਖੋ ਹਾਕੀ ਖੇਡ ਰਹੇ ਨੇ ਅੱਗੇ ਪਿੱਛੇ ਸੰਗਤ ਦੇ ਕੰਮ ਆਉਂਦਾ ਨੌਜਵਾਨਾਂ ਦੇ ਬਹੁਤ ਹੀ ਚੰਗੀ ਗੱਲ ਹੈ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਗੇਮਾਂ ਦੇ ਵਿੱਚ ਆਪਣੇ ਸਗੋਂ ਆਉਣ ਅਤੇ ਜਿਹੜੇ ਮਾੜੇ ਕੰਮਾਂ ਦਾ ਉਹ ਜਿਹੜਾ ਤਿਆਗ ਕਰਨ ਨਸ਼ਿਆਂ ਦਾ ਤਿਆਗ ਕਰਨ ਅਤੇ ਵਧੀਆ ਗੇਮਾਂ ਦੇ ਵਿੱਚ ਜਿਵੇਂ ਘੋੜਸਵਾਰੀ ਹੈ ਹਾਕੀ ਹੈ ਕਬੱਡੀ ਹੈ ਸਾਰੀਆਂ ਹੀ ਗੇਮਾਂ ਨੇ ਸਾਡੇ ਨੌਜਵਾਨ ਵਧੀਆ ਜਿਹੜੇ ਨੇ ਇੱਧਰ ਆਪਣੇ ਖੇਡਾਂ ਦੇ ਵਿੱਚ ਆਉਣੇ ਚਾਹੀਦੇ ਨੇ ਸੋ ਸਾਰੀਆਂ ਹੀ ਜਿਵੇਂ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਉਹ ਜਿਹੜਾ ਜਿੱਥੇ ਸਟੇਡੀਅਮ ਵੱਲ ਵੀ ਧਿਆਨ ਦੇਵੇ ਉੱਥੇ ਸ਼ਹਿਰ ਵੱਲ ਵੀ ਜਿਹੜਾ ਕੰਮ ਤਾਂ ਚੱਲ ਰਿਹਾ ਪਰ ਸਲੋਅ ਚੱਲ ਰਿਹਾ ਇਹਨੂੰ ਆਪਣੇ ਜਿਹੜੇ ਇੱਥੋਂ ਦੇ ਸਾਡੇ ਮੰਤਰੀ ਨੇ ਬੈਂਸ ਸਾਹਿਬ
वो भी तो पंजाब सरकार नूं भी बेनती करदा होला महला बिल्कुल अपने मेरखा महीना मसा ही रह गया तो उन्हां नूं चाहिए बहुत ही तेजी दे नाल सड़कां जिहड़ियां ने वो बहुत अपने अजे टुटियां होईयां ने ते छेती छेती इहनूं जिहड़ा अपने वधिया तैयार करके संगतां नूं कोई भी दिक्कत ना आवे जिहड़ियां इहनां दे एंट्रियां ने सारे पासे भावें गढ़ शंकर वाले पासे होए सारियां सड़कां नूं वधिया तैयार होना चाहिए जो क्योंकि संगत नूं बड़ी दिक्कत आउंदी है फिर जाम लग जांदे ने जदों कोई भी माड़ी घटना वापरदी है माड़ी सड़क करके ते आनंदपुर साहिब भी जिहड़ा गुरु साहिब दी इह पावन धरती है गुरु गोबिंद सिंह जी महाराज जी ने जिथे खालसा पंथ की साजना की यह जिहड़ी धरती नूं बहुत सोहना अपने जिहड़ा सड़कां वगैरह वधिया तैयार करनियां चाहीदियां ने छेती करना चाहीदा क्योंकि होला महला आ रहा सोहना सजा होवेगा तो संगतां नूं होर बहुत वधिया लगता है। फिर द्वारा पंजाब सरकार नूं इह बेनती करदा जिहड़ा इह स्टेडियम है इहदे वल खास ध्यान दे के ते इह जिहड़े पौड़ अधूरे ने दूजे पासे सामने वाले पासे भी वधिया बनाउणे चाहीदे ने जो अपने देश विदेश तो संगत आई हुंदी है वह वधिया जिहड़ा गेमां दा घोड़सवारी दा नहिंग सिंह फौजां दा क्योंकि गुरु साहिब आप इत्थे हाज़र हुंदे ने जदों गुरु गोबिंद सिंह जी महाराज जी ने हुक्म किया सी जदों खालसे पंथ ने जदों आनंदपुर साहब की धरती नूं छड्डिया महाराज ने तो खालसे ने बचन पुछया महाराज अपने तुसी हुण आनंदपुर साहब तो जा रहे हो कदों दर्शन होणगे महाराज ने जिहड़ा बचन किया सी जदों नहिंग सिंह फौजां इत्थे महला कढ़दे ने ते उदों मैं आप जिहड़ी अगवाई करूँगा आप इत्थे हाज़र होऊंगा उवें ही आपां जदों इत्थे अपने महला निकलदा तो इस स्टेडियम के चरण गंगा स्टेडियम के इत्थे पहुँचते हैं तो इदा प्रतीत हुंदा जिवें महाराज सच्चे पातशाह गुरु गोबिंद सिंह जी आप अगवाई कर रहे होंदे ने वो हाज़र नाजर ने शहीद सिंह भी हाज़र नाजर होंदे ने सारे ही आपां इस स्टेडियम की बहुत वड्डी महानता महत्ता गुरु साहब के बचन ने ते वो अपने वो भी पूरे होने चाहिए ने ते इहनूं बहुत वधिया स्टेडियम नूं बनाया जाना चाहिए सरकारी बंदा है वो तो वोटां करके उहनूं अपने जदों लोड़ हुंदी छड्ड दिंदे ने फिर उहनूं हुण एक मेरे ख्याल पिछले एक साल के चार बारी उहनूं छड्डता पिछले दो तीन महीनियां 'च ही तो हुण फिर वो शायद अपने छुट्टी ते आया होया मैं पिछले दिन भी तख्त श्री दमदमा साहिब तो भी अपने बेनती की सी हिंदुस्तान सरकार ते जिहड़ी पंजाब सरकार ते उहदे ते नहीं भावें अपने हरियाणा सरकार है उहनूं अपने क्यों उहदे ते इन्नी मेहरबान है कानून तो सारिआं वास्ते इक है ते जिहड़े बंदी सिंह ने जिन्हां दीआं सजावां पूरीआं हो चुकीआं ने ते उहनां नूं तुरंत रिहा किया जाणा चाहीदा कानून सारिआं वास्ते इक है ते क्यों ये साढ़े सिखां दे नाल जिहड़ी है इदां क्यों करदे ने जिहदे नाल सानूं मतलब सारे ही हुण देखो तुसीं किन्ने समुच्चा ही खालसा पंथ जिहड़ा उत्थे मोहाली दे विच जोर अजमाई कर रहा भी बंदी सिंघां दी रिहाई वास्ते सारे उत्थे धरना शांतमई धरना लग्या होया साडे वल्लों सारिआं वल्लों उहनां नूं पूर्ण हमायत है ते जिहड़े हिंदुस्तान दी सरकार नूं इह बेनती करदे उहनां नूं तुरंत रिहा कीता जाणा चाहीदा जिन्हां दीआं सजावां पूरीआं हो चुकीआं ने ते आ जिहड़ा अपने हैगा झूठा साध है इहनूं अपने इहनूं क्यों छड्डदे ने वार वार ते जिहड़े बंदी सिंह जिन्हां दीआं सजावां भी पूरीआं हो चुकीआं ने इन्ने इन्ने साल अंदर हो गए ने उन्हां नूं ना छुट्टी ते कदे उन्हां नूं भेजिआ ते ना ही उन्हां नूं रिहा किया जा रहा उन्हां नूं तुरंत रिहा किया जाना चाहिए। वाहिगुरू जी का खालसा वाहिगुरू जी की फतेह। हुण तुसी देख सकते हो ग्लोबल पंजाब टीवी नूं डाउनलोड करो साडी ऐप एंड्रॉयड जां iOS ते फ्री विच रोकू अते Amazon Fire TV ते जां Apple TV ते नाल ही देख सकते हो लाइव स्ट्रीमिंग www.globalpunjabtv.com ते